ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ, ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਬਹੁਤ ਹੀ ਗੰਭੀਰ ਟੌਪਿਕ ਅੱਜ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ। ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚਾਉਣੀ ਸਾਨੂੰ ਲੱਗਦਾ ਹੈ ਅੱਜ ਦੀ ਡੇਟ ਦੇ ਵਿੱਚ ਸ਼ਾਇਦ ਸਭ ਤੋਂ ਇੰਪੋਰਟੈਂਟ ਕੰਮ ਅਸੀਂ ਕਰ ਸਕਦੇ ਹਾਂ। ਸੋ ਆਈ ਹੋਪ ਕਿ ਤੁਸੀਂ ਸਾਡੇ ਨਾਲ ਜੁੜ ਕੇ ਇਸ ਐਪੀਸੋਡ ਤੋਂ ਜੋ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾ ਰਹੀ ਉਹਨੂੰ ਗੌਰ ਨਾਲ ਸੁਣੋਗੇ, ਉਹਦੇ 'ਤੇ ਐਕਟ ਕਰੋਗੇ। ਅਫਕੋਰਸ ਆਈ ਐਮ ਟਾਕਿੰਗ ਅਬਾਊਟ ਕੋਵਿਡ। ਕੋਵਿਡ ਦੀ ਲੜਾਈ ਦੇ ਵਿੱਚ ਡੈਲਟਾ ਵੈਰੀਐਂਟ ਇੱਕ ਨਵਾਂ ਤੁਸੀਂ ਕਹਿ ਲਓ ਚੈਲੇਂਜ ਖੜਾ ਹੋਇਆ ਦੁਨੀਆ ਲਈ, ਜਿੱਥੇ ਲੱਗ ਰਿਹਾ ਸੀ ਕਿ ਕੋਵਿਡ ਦੇ ਖਿਲਾਫ ਵੈਕਸੀਨਸ ਦਾ ਕੋਈ ਨਾ ਕੋਈ ਰੈਜ਼ਿਸਟੈਂਸ ਬਣ ਰਹੀ ਹੈ ਕਿ ਸ਼ਾਇਦ ਕੋਵਿਡ ਇੱਕ ਪਾਸਟ ਡਿਸਟੈਂਟ ਮੈਮਰੀ ਰਹਿ ਜਾਊਗੀ, ਉਹ ਚੀਜ਼ ਨੂੰ ਡੈਲਟਾ ਵੈਰੀਐਂਟ ਨੇ ਆ ਕੇ ਬਿਲਕੁਲ ਖਤਮ ਕਰਤਾ ਹੈ। ਐਂਡ ਹੁਣ ਸਾਨੂੰ ਨੇਸ਼ਨ ਵਾਈਡ ਵੱਖ ਵੱਖ ਮੈਂਡੇਟਸ ਵੇਖਣ ਨੂੰ ਮਿਲ ਰਹੇ। ਈਵਨ ਦ ਮਿਲੀਟਰੀ, ਫੋਰ ਐਗਜ਼ਾਮਪਲ ਯੂਨਾਈਟਿਡ ਸਟੇਟਸ, ਦੀ ਆਰਮਡ ਸਰਵਿਸਿਸ ਨੇ ਕੁਛ ਦਿਨ ਪਹਿਲੇ ਇੱਕ ਮੈਂਡੇਟ ਪਾਸ ਕੀਤਾ ਦੈਟ ਆਲ ਮੈਂਬਰਸ ਆਫ ਦ ਮਿਲੀਟਰੀ ਵਿਲ ਹੈਵ ਟੂ ਗੈਟ ਵੈਕਸੀਨੇਟਿਡ ਬਾਏ ਸਪਟੈਂਬਰ। ਐਂਡ ਆਫ ਸਪਟੈਂਬਰ ਤੱਕ ਲੱਗਦਾ ਕਿ ਇਹ ਮੈਂਡੇਟ ਪਾਸ ਹੋ ਜਾਊਗਾ ਆਰਮ ਸਰਵਿਸਿਸ ਦੇ ਵਿੱਚ। ਬਟ ਦ ਥਿੰਗ ਹੀਅਰ ਇਜ਼ ਕਿ ਆਰਮ ਸਰਵਿਸਿਸ, ਚਲੋ ਮਿਲੀਟਰੀ ਦੇ ਵਿੱਚ ਉਹ ਕਾਫੀ ਕੰਟਰੋਲ ਕਰ ਸਕਦੇ ਆ ਬਿਹੇਵੀਅਰ ਨੂੰ, ਵਟ ਅਬਾਊਟ ਪਬਲਿਕ ਲਾਈਫ, ਵਟ ਅਬਾਊਟ ਆਮ ਜਨਤਾ, ਕਮਿਊਨਿਟੀਜ਼, ਉਹਨਾਂ 'ਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਏ ਵਿਦਆਊਟ ਇਨਫਰਿੰਜਿੰਗ ਆਨ ਦੇਅਰ ਰਾਈਟਸ। ਇਸ ਕੰਟਰੀ ਦੇ ਵਿੱਚ ਫਰੀਡਮ, ਲਿਬਰਟੀ ਅਤੇ ਗਵਰਨਮੈਂਟ ਦਾ ਕੰਟਰੋਲ, ਇਹ ਚੀਜ਼ਾਂ ਦੇ ਖਿਲਾਫ ਬਹੁਤ ਵੱਡਾ ਸੈਂਟੀਮੈਂਟ ਹੈਗਾ ਅੱਜ ਦੀ ਡੇਟ ਦੇ ਵਿੱਚ। ਬਟ ਵੰਸ ਅਗੈਨ ਪੋਲੀਟਿਕਸ ਇੱਕ ਪਾਸੇ ਅਤੇ ਪਬਲਿਕ ਹੈਲਥ ਦੂਜੇ ਪਾਸੇ, ਅਤੇ ਵਿੱਚ ਅਨਫੋਰਚੁਨੇਟਲੀ ਐਟ ਦਿਸ ਟਾਈਮ ਆ ਵੜੇ ਹੈ ਸਾਡੇ ਬੱਚੇ। The question of back to school with a Delta variant spreading, ਅੱਜ ਦੀ ਡੇਟ ਦੇ ਵਿੱਚ ਬੱਚਿਆਂ ਦੀ ਹੈਲਥ ਨੂੰ ਡੇਂਜਰ ਪੋਜ ਕਰਦਾ ਹੈ, ਅਤੇ ਇਹਦੇ ਕਰਕੇ ਪੂਰੇ ਕੰਟਰੀ ਦੇ ਵਿੱਚ ਤੁਸੀਂ ਕਹਿ ਲਓ ਬਹੁਤ ਵੱਡੇ ਲੈਵਲ 'ਤੇ ਆਰਗੂਮੈਂਟਸ, ਡਿਸਕਸ਼ਨਸ, ਡਿਬੇਟਸ, ਕੌਨਫਲਿਕਟਸ ਹੋ ਰਹੀ ਹੈ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਸੇਫਲੀ ਸਕੂਲ ਵਾਪਸ ਲੈ ਕੇ ਆਇਆ ਜਾਏ। ਐਂਡ ਇਹਦੇ ਵਿੱਚ ਵੈਕਸੀਨ ਅਤੇ ਮਾਸਕ ਮੈਂਡੇਟਸ ਬਹੁਤ ਵੱਡਾ ਰੋਲ ਪਲੇ ਕਰ ਰਿਹਾ, ਬਹੁਤ ਪੋਲੀਟੀਕਲ ਰੋਲ ਪਲੇ ਕਰ ਰਿਹਾ। ਇਨਫੈਕਟ ਕੈਲੀਫੋਰਨੀਆ ਬਿਕੇਮ ਦ ਫਰਸਟ ਸਟੇਟ ਇਨ ਦ ਕੰਟਰੀ ਜਿਨ੍ਹਾਂ ਨੇ ਰੀਸੈਂਟਲੀ ਹੀ ਇੱਕ ਵੈਕਸੀਨ ਮੈਂਡੇਟ ਪਾਸ ਕੀਤਾ ਟੀਚਰਸ ਲਈ। ਗੈਵਿਨ ਨਿਊਸਮ, ਗਵਰਨਰ ਗੈਵਿਨ ਨਿਊਸਮ ਆਫ ਕੈਲੀਫੋਰਨੀਆ ਰੀਸੈਂਟਲੀ ਸੈਡ ਦੈਟ ਆਲ ਟੀਚਰਸ ਇਨ ਕੈਲੀਫੋਰਨੀਆ ਵਿਲ ਹੈਵ ਟੂ ਬੀ ਵੈਕਸੀਨੇਟਿਡ ਬਾਏ ਅਕਟੋਬਰ, ਔਰ ਉਹਨਾਂ ਨੂੰ ਵੀਕਲੀ ਕੋਵਿਡ ਟੈਸਟਿੰਗ ਕਰਾਉਣੀ ਪਊਗੀ। ਸੋ ਦਿਸ ਇਜ਼ ਦ ਫਰਸਟ ਆਫ ਇਟਸ ਕਾਇੰਡ ਪੂਰੇ ਕੰਟਰੀ ਦੇ ਵਿੱਚ। ਬਟ ਇੱਕ ਪਾਸੇ ਕੈਲੀਫੋਰਨੀਆ ਜੋ ਸਟੇਟ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਕੰਟਰੋਲਿੰਗ ਮੈਜਰਸ ਅਪਣਾਏ ਗਏ ਹੈ, ਭਾਵੇਂ ਉਹ ਸ਼ਟਡਾਊਨਸ ਹੋਣ, ਕੁਆਰੰਟੀਨ ਹੋਏ, ਮਾਸਕ ਮੈਂਡੇਟਸ, ਵੈਕਸੀਨ ਮੈਂਡੇਟਸ, ਬਟ ਦੂਜੇ ਪਾਸੇ ਅਗਰ ਆਪਾਂ ਦੇਖਦੇ ਹਾਂ ਇਨ ਦ ਰੈਸਟ ਆਫ ਦ ਕੰਟਰੀ, ਇਹ ਚੀਜ਼ ਨਹੀਂ ਸਾਨੂੰ ਵੇਖਣ ਨੂੰ ਮਿਲ ਰਹੀ, ਇਸ ਤਰ੍ਹਾਂ ਨਹੀਂ ਪਲੇ ਆਊਟ ਹੋ ਰਹੀ। ਇਨਫੈਕਟ ਕੁਛ ਸਟੇਟਸ, ਦ ਵਨਸ ਦੈਟ ਲੀਨ ਮੋਰ ਰਾਈਟ, ਰਿਪਬਲਿਕਨ ਲੀਨਿੰਗ ਰੈਡ ਸਟੇਟਸ, ਜਿਨ੍ਹਾਂ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਜਾਂਦਾ ਹੈ, ਲਾਈਕ ਫਲੋਰਿਡਾ, ਟੈਕਸਿਸ, ਟੈਨਸੀ, ਆਰਕਨਸਾ, ਇਨ ਸਟੇਟਸ ਦੇ ਵਿੱਚ ਕੋਵਿਡ ਅਤੇ ਇਹ ਪਬਲਿਕ ਹੈਲਥ ਕ੍ਰਾਈਸਿਸ ਇੱਕ ਪੋਲੀਟੀਕਲ ਬੈਟਲ ਬਣ ਚੁੱਕੀ ਹੈ। ਲੈਟਸ ਟਾਕ ਅਬਾਊਟ ਫਲੋਰਿਡਾ। ਫਲੋਰਿਡਾ ਦਾ ਬਹੁਤ ਇੰਟਰਸਟਿੰਗ ਕੇਸ ਹੈਗਾ, ਐਂਡ ਇਟਸ ਅ ਵੈਰੀ ਵੈਰੀ ਮੈਂ ਕਹਾਂਗੀ ਕੰਸਰਨਿੰਗ, ਸਾਨੂੰ ਸਾਰਿਆਂ ਨੂੰ ਚਿੰਤਕ ਹੋਣਾ ਚਾਹੀਦਾ ਹੈ, ਖਾਸ ਕਰਕੇ ਫਲੋਰਿਡਾ ਦੇ ਵਿੱਚ ਅਗਰ ਤੁਹਾਡੇ ਯੰਗ ਬੱਚੇ ਹਨ। ਦ ਪ੍ਰੋਬਲਮ ਵਿਦ ਦ ਵੈਕਸੀਨ ਇਜ਼ ਕਿ ਅਗਰ ਤੁਹਾਡੇ ਬੱਚੇ 12 ਸਾਲ ਤੋਂ ਛੋਟੀ ਉਮਰ ਦੇ ਹੈਗੇ, ਉਹਨਾਂ ਲਈ ਕੋਈ ਵੈਕਸੀਨ ਹੈਗੀ ਹੀ ਨਹੀਂ। ਸੋ ਉਹਨ ਬੱਚਿਆਂ ਨੂੰ ਕਿਸ ਤਰ੍ਹਾਂ ਸੇਫ ਰੱਖਿਆ ਜਾਏ, ਐਂਡ ਜੋ ਟੀਚਰਸ ਉਹਨ ਯੰਗ ਬੱਚਿਆਂ ਨੂੰ ਸਕੂਲ ਦੇ ਵਿੱਚ ਉਹਨਾਂ ਦੇ ਨਾਲ ਇੰਟਰੈਕਟ ਕਰਦੇ, ਉਹ ਆਪ ਨੂੰ ਕਿਸ ਤਰ੍ਹਾਂ ਸੇਫ ਰੱਖ ਸਕਦੇ। ਸੋ ਆਫਕੋਰਸ ਮਾਸਕਸ ਆਰ ਦੀ ਈਜ਼ੀ ਆਂਸਰ ਹੀਅਰ, ਬਟ ਫਲੋਰਿਡਾ ਦੇ ਵਿੱਚ ਮਾਸਕਸ ਦੇ ਖਿਲਾਫ, ਵੈਕਸੀਨਸ ਦੇ ਖਿਲਾਫ ਬਹੁਤ ਵੱਡਾ ਸੈਂਟੀਮੈਂਟ ਪੈਦਾ ਹੋ ਰਿਹਾ, ਅਤੇ ਗਵਰਨਰ ਰੌਨ ਡੀਸੈਂਟਿਸ ਨੇ ਇਸ ਚੀਜ਼ ਨੂੰ ਲੈਜਿਸਲੇਸ਼ਨ ਦੇ ਵਿੱਚ ਵੀ ਪਾਸ ਕੀਤਾ। ਇਨਫੈਕਟ ਗਵਰਨਰ ਰੌਨ ਡੀਸੈਂਟਿਸ ਆਫ ਫਲੋਰਿਡਾ, ਉਹਨਾਂ ਨੇ ਮੈਂਡੇਟ, ਮਾਸਕ ਮੈਂਡੇਟ ਦੇ ਖਿਲਾਫ ਲੈਜਿਸਲੇਸ਼ਨ ਪਾਸ ਕੀਤੀ ਹੈ। ਜਿਸ ਤਰ੍ਹਾਂ ਨਿਊਯਾਰਕ ਦੇ ਵਿੱਚ ਵੈਕਸੀਨ ਪਾਸਪੋਰਟਸ ਇੱਕ ਬਹੁਤ ਹੀ ਕਾਮਨ ਚੀਜ਼ ਹੈਗੀਆਂ, ਫਲੋਰਿਡਾ ਦੇ ਵਿੱਚ ਇਸ ਇਨੀਸ਼ੀਏਟਿਵ ਦੇ ਖਿਲਾਫ ਵੀ ਲੈਜਿਸਲੇਸ਼ਨ ਪਾਸ ਕੀਤੀ ਗਈ ਹੈ। ਐਂਡ ਟੂਡੇ ਫਲੋਰਿਡਾ ਦੇ ਬੱਚੇ ਖਤਰੇ ਵਿੱਚ ਹੈਗੇ। ਟੂ ਗਿਵ ਯੂ ਸਮ ਨੰਬਰਸ, ਫਲੋਰਿਡਾ ਹੈਜ਼ ਦ ਸੈਕਿੰਡ ਹਾਈਐਸਟ ਰੇਟ ਆਫ ਹਾਸਪਿਟਲਾਈਜ਼ਡ ਚਿਲਡਰਨ ਫਰੋਮ ਕੋਵਿਡ ਇਨ ਦ ਕੰਟਰੀ। ਪੂਰੇ ਕੰਟਰੀ ਦੇ ਵਿੱਚ ਫਲੋਰਿਡਾ ਦੇ ਬੱਚੇ ਸਭ ਤੋਂ ਜ਼ਿਆਦਾ ਹੋਸਪਿਟਲ, ਸੈਕਿੰਡ ਮੋਸਟ ਹਾਸਪਿਟਲਾਈਜ਼ਡ ਬਿਕਾਜ਼ ਆਫ ਕੋਵਿਡ। ਇਹ ਜੋ ਡੈਲਟਾ ਵੈਰੀਐਂਟ ਹੈ, ਡਾਕਟਰਸ ਵੀ ਕਹਿ ਰਹੇ ਹਨ ਬੱਚਿਆਂ ਦੇ ਵਿੱਚ ਜ਼ਿਆਦਾ ਡੇਂਜਰਸ ਉਹਨਾਂ ਨੂੰ ਵੇਖਣ ਨੂੰ ਮਿਲ ਰਿਹਾ।
पहले जो पुरानी डेल्टा कोविड सीगी जो बच्चे हस्पताल दे विच आंदे सी वो किसी होर कारण करके आंदे सी, उन्हां दी बाह टुट गई, कोई होर उन्हां नूं इंजरी हो गई, तो जो उन्हां नूं चेकअप करते सी, उन्हां दा कोविड टेस्ट रन करते सी, तद पता लगा सी हाँ बच्चों दे विच भी कोविड हैगी। बट हुण डॉक्टर्स ऑल ओवर द कंट्री कह रहे हैं कि पीडियाट्रिक वार्ड्स दे विच बच्चे आ रहे कोविड सिम्पटम्स करके, एक्सट्रीम सिम्पटम्स करके उन्होंने लोंग टर्म होस्पिटलाइजेशन लैनी पै रही है, उन्होंने इंट्यूबेशन लैनी पै रही है, कुछ बच्चों की जाना भी जा चुकी हैं कोविड करके। सो दिस डेल्टा वेरियंट बच्चों लिए काफ़ी खतरनाक पोज हो रही है। एंड फ्लोरिडा दे विच गवर्नर रॉन डेसेंटिस हैज सेड दैट कोई मास्क मैंडेट नहीं, स्कूल्स खुल रहे हैं, कोई वैक्सीन मैंडेट नहीं, कि साढ़े बच्चे they'll be fine. In fact, ये चीज़ इन्नी हुन political हो चुकी है that कुछ school boards ने कहा, देखो जी साडा काम as a school board, administrator, professional, teacher, सब तो important चीज़ साडे लई सब तो वड्डी priority बच्चों की safety हैगी। कुछ Florida के school boards ने यह भी measure आप दे वल्लों पास करने की कोशिश की कि teachers masks पाएंगे, बच्चे masks पाएंगे। However, Governor Ron DeSantis of Florida, उन्होंने बहुत वोकली इस चीज़ के खिलाफ एक स्टैंड दिता। In fact, he has said कि अगर कोई भी स्कूल बोर्ड फ्लोरिडा के विच एहो जा मैंडेट पास करता है बच्चों लिए, टीचर्स लिए, एडमिनिस्ट्रेटर्स लिए, दैट उन्होंने फंडिंग विदहोल्ड की जाएगी बाय द स्टेट, एक किस्म की पनिशमेंट उन्होंने दी जाएगी फॉर ट्राइंग टू कीप देयर किड्स सेफ। सो इस चीज़ बारे अज गल करन जा रहे हैं किस तरह सेफली स्कूल्स खुल सकते हैं, तो डेल्टा वेरियंट के खिलाफ पेरेंट्स नू, स्कूल एडमिनिस्ट्रेटर्स, टीचर्स नू की कुछ करना चाहिए, ये गल करेंगे। प्रेजिडेंट ऑफ अ स्कूल बोर्ड फ्रॉम कैलिफोर्निया जॉइन्स अस, सी यू आफ्टर द ब्रेक। ब्रेक तो बस आए का स्वागत है, तुम वेख रहे हो प्रोग्राम अज का मुद्दा, तो गल हो रही है बैक टू स्कूल की, जिथे कोविड की डेल्टा वेरियंट ने एक बार फिर दहशत फैला चुकी है उन एरियाज के जिथे वैक्सीनेशन का रेट हले भी एक अप्रोप्रिएट अमाउंट तक नहीं पहुँचा, उत्थे हुण यह खतरा सानू साडे बच्चों के स्कूलों के वेखन को मिल रहा है। एंड ऑफकोर्स भावें ये एक पब्लिक हैल्थ क्राइसिस हैगी, ये पॉलिटिक्स भी वड़ गए हैं, तो ये मास्क मैंडेट, वैक्सीन मैंडेट, खास करके जिथे बच्चों की बैक टू स्कूल की गल आती है, एक बार फिर एक पोलिटिकल इशू बन चुका है। रीसेंटली जिस तरह तुम दसिया कैलिफोर्निया स्टेट बिकेम द फर्स्ट स्टेट जिन्होंने टीचर्स लिए एक वैक्सीन मैंडेट इंप्लीमेंट किया। गवर्नर गैविन न्यूसम जस्ट अनाउंसड दैट कैलिफोर्निया के टीचर्स नू अक्टूबर तक वैक्सीन लवानी पैनगियाँ और दे विल हैव टू गैट वीकली टैसटिंग। सो इस चीज़ को लैके तो होर कंट्री के वक् वक् स्टेटा के किस तरह बैक टू स्कूल एक हूँ पोलिटिकल मसला बन गया जिते कोविड की गल आती है, यदि गल कर जा रहे हैं, तो सानू साडे गैसट जॉइन कर रहे हैं द प्रेजिडेंट ऑफ द स्कूल बोर्ड फ्रॉम कैलिफोर्निया, सरबजीत चीमा जी। सब तो पहले सरबजीत जी, थोड़े प्रोग्राम के स्वागत, सत श्रीकाल। सत श्री अकाल जी, थैंक यू सो मच फॉर ब्रिंगिंग मी हियर। So good to have you, Sarbjit ji. New Haven Unified School District, you are the school board president. So, खास करके जिथे कैलिफोर्निया की गल आती है, कैलिफोर्निया डेफिनेटली कोविड की जो मेजर्स मैंडेट्स, भावें वो वैक्सीनेशनस की होन, क्लोजर्स या मास्क मैंडेट्स, एक लीडर के तौर पर यूनाइटेड स्टेट्स अगे आ रहा है। सो इट्स नो सरप्राइज दैट कैलिफोर्निया पहली स्टेट हैगी जिन्होंने टीचर्स लिए मास्क मैंडेट इंप्लीमेंट किया। सब तो पहले सरबजीत जी, जिस डिस्ट्रिक्ट दे विच तुसी हैगे उहदे विच मास्क्स ते वैक्सीन्स नू लैके ओवरऑल किस तरह दा माहौल बनिया होया? हाँ जी सरबजीत जी। हाँ जी, मैं हाँ जी कैलिफोर्निया दे विच जेड़ा न्यू हेवन यूनिफाइड स्कूल डिस्ट्रिक्ट शहर पैंदा यूनियन सिटी, उहदे विच आई एम सर्विंग माय थर्ड टर्म, इट्स ऑलमोस्ट 12 इयर्स एंड दिस ईयर आई एम द प्रेसिडेंट। सो वी आर in a very challenging position Jee. as school board members, as teachers, administration, as students and parents, all of us. Of course, we have to follow the California CDC de rule hai gaya, sanu oh follow karne pehne hai. Te us to baad, on top of that, then we have a local county data. So ours is California, jedi Alameda County de vich sada school district penda. ਤੇ ਅਲਾਮੀਡਾ ਕਾਉਂਟੀ ਦੀ ਪਾਪੂਲੇਸ਼ਨ ਕਾਫੀ ਜ਼ਿਆਦਾ ਆ, ਕਾਫੀ ਡੈਂਸ ਹੈਗੀ ਆ, ਤੇ ਨੰਬਰ ਆਫ ਕੇਸਿਸ ਵੀ ਇਵਨ ਪਹਿਲਾਂ ਪਿਛਲੇ ਸਾਲ ਜਦੋਂ ਕੋਵਿਡ ਹੋਇਆ ਸੀ ਕਾਫੀ ਜ਼ਿਆਦਾ ਆਏ ਸੀਗੇ, ਪਰ ਐਟ ਦ ਸੇਮ ਟਾਈਮ ਅਸੀਂ ਸਾਡਾ ਜਿਹੜਾ ਪਬਲਿਕ ਹੈਲਥ ਡਿਪਾਰਟਮੈਂਟ ਹੈਗਾ ਕਾਉਂਟੀ ਦਾ
ਉਹ ਵੀ ਬੜੇ ਪ੍ਰੋਐਕਟਿਵ ਨੇਗੇ ਸੋ ਵੀ ਆਰ ਏਬਲ ਟੂ ਹੈਂਡਲ ਦਾ ਚੈਲੰਜ ਪ੍ਰੀਟੀ ਆਈ ਥਿੰਕ ਐਫੀਸ਼ੀਐਂਟਲੀ ਜੀ ਤੇ ਤਾਂ ਸਕੂਲ ਜਿਹੜੇ ਉਸ ਟਾਈਮ ਬੰਦ ਕਰਤੇ ਸੀਗੇ ਤੇ ਸਾਡੇ ਕੋਲੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੋਈ ਵੀ ਸਾਨੂੰ ਬੈਡ ਨਿਊਜ਼ ਨਹੀਂ ਮਿਲੀ ਕੋਈ ਡੈਥ ਨਹੀਂ ਮਿਲੀ ਬੱਚਿਆਂ ਦੀ ਜਾਂ ਕਿਸੇ ਸਟਾਫ ਮੈਂਬਰ ਦੀ ਕੋਵਿਡ ਦੇ ਨਾਲ ਜਾਂ ਸਾਡੇ ਸਿਸਟਮ ਦੇ ਵਿੱਚ ਐਟਲੀਸਟ ਇਨ ਨਿਊ ਹੇਵਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੇ ਫਿਰ ਚਲੋ ਫਾਸਟ ਫਾਰਵਰਡ ਦਿਸ ਈਅਰ ਜਦੋਂ ਅਪ੍ਰੈਲ ਦੇ ਵਿੱਚ ਥੋੜਾ ਗਵਰਨਰ ਨੇ ਕੀਤਾ ਸੀਗਾ ਇਨਸੈਂਟਿਵ ਦਿੱਤੇ ਸੀ ਕਾਫੀ ਪੈਸੇ ਸਕੂਲਾਂ ਨੂੰ ਦੇਣ ਵਾਸਤੇ ਵੀ ਜੇ ਤੁਸੀਂ ਟੀਚਰਸ ਦੇ ਸਕੂਲ ਬੱਚਿਆਂ ਇਨ ਪਰਸਨ ਬੁਲਾਓਗੇ ਤੇ ਇਹ ਸਾਡੇ ਕੋਲੇ ਲੋਕਲ ਸਾਨੂੰ ਉਹਨਾਂ ਨੇ ਫਲੈਕਸੀਬਿਲਿਟੀ ਸੀਗੀ ਲੋਕਲ ਸਕੂਲ ਬੋਰਡ ਦਾ ਲੋਕਲ ਕੰਡੀਸ਼ਨਸ ਅਸੀਂ ਸਕੂਲ ਬੋਰਡ ਡਿਸੀਜਨ ਮੇਕ ਕਰੂਗਾ ਕਿ ਅਸੀਂ ਬੱਚਿਆਂ ਨੂੰ ਇਨ ਪਰਸਨ ਸੱਦਣਾ ਕਿ ਨਹੀਂ ਸੱਦਣਾ ਸੋ ਲਾਸਟ ਏਪ੍ਰਿਲ ਈਵਨ ਦੋ ਵੀ ਵਰ ਆਵਰ ਸਕੂਲ ਡਿਸਟ੍ਰਿਕਟ ਵਰ ਅਬਾਊਟ ਟੂ ਗੈਟ ਅਰਾਊਂਡ ਮੋਰ ਦੈਨ $3 million ਬਟ ਐਜ਼ ਅ ਸਕੂਲ ਬੋਰਡ ਮੈਂਬਰ ਐਜ਼ ਅ ਸਕੂਲ ਬੋਰਡ ਆਵਰ ਲੋਕਲ ਨਿਊ ਹੇਵਨ ਵੀ ਡਿਸਾਈਡਡ ਟੂ ਕੀਪ ਅਵਰ ਸਕੂਲਸ ਕਲੋਜ਼ਡ ਬਿਕੋਜ਼ ਹਜੇ ਕੋਈ ਪੂਰਾ ਡਾਟਾ ਨਹੀਂ ਸੀ ਆਇਆ ਪੂਰੇ ਵੈਕਸੀਨੇਸ਼ਨ ਨਹੀਂ ਸੀ ਲੋਕਾਂ ਨੂੰ ਮਿਲੇ ਹਜੇ ਨਵਾਂ ਨਵਾਂ ਆਇਆ ਸੀਗਾ ਤੇ ਵੀ ਡਿਡਨਟ ਵਾਂਟ ਟੂ ਪਲੇ ਵਿਦ ਦ ਸੇਫਟੀ ਆਫ ਦ ਸਟੂਡੈਂਟਸ ਔਰ ਔਰ ਸਟਾਫ ਟੀਚਰਸ ਐਨੀਬਾਡੀ ਤੇ ਅਸੀਂ ਬੰਦ ਰੱਖੇ ਸੀਗੇ ਤੇ ਹਾਲਾਂਕਿ ਕੁਛ ਜਿਹੜੇ ਸਾਡੇ ਅਲਮੀਡਾ ਕਾਉਂਟੀ ਦੇ ਵਿੱਚ ਕੁਛ ਸਕੂਲ ਡਿਸਟ੍ਰਿਕਟਾਂ ਨੇ ਜਿਹੜੇ ਆਪਣੇ ਸਕੂਲ ਖੋਲੇ ਵੀ ਸੀਗੇ ਤੇ ਪਰ ਸਾਡੇ ਕੋਲੇ ਨਾਲ ਸਾਡੇ ਹੇਵਰਡ ਪੈਂਦਾ ਤੇ ਇੱਕ ਪਾਸੇ ਫ੍ਰੀਮੌਂਟ ਪੈਂਦਾ ਅਸੀਂ ਬੰਦ ਰੱਖੇ ਸੀਗੇ ਸਕੂਲ ਤੇ ਉਹਦੇ ਨਾਲ ਇਹ ਹੋਇਆ ਵੀ ਦੇਰ ਵਾਰ ਸਰਵੇ ਵੀ ਹੋਏ ਸੀ ਸਾਡੇ ਜਿੱਦਾਂ ਪੇਰੈਂਟਸ ਦੇ ਸਰਵੇ ਹੋਏ ਸੀ ਕਿੰਨੇ ਪੇਰੈਂਟਸ ਜਿਹੜੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜ ਕੇ ਕੰਫਰਟੇਬਲ ਕਰਦੇ ਹੈਗੇ ਆ ਤੇ ਕਾਫੀ ਅਸੀਂ ਬਾਰ ਬਾਰ ਆਈ ਥਿੰਕ ਐਵਰੀ ਅਦਰ ਮੰਥ ਸਰਵੇ ਕਰਦੇ ਸੀ ਫਿਰ ਗਾਈਡਲਾਈਨਸ ਆਉਂਦੀਆਂ ਸੀ ਫਿਰ ਪਲਾਨਸ ਬਣਾਉਂਦੇ ਸੀਗੇ ਬੇਸਡ ਔਨ ਦੋਜ਼ ਗਾਈਡਲਾਈਨਸ ਵੀ ਕਿਵੇਂ ਅਸੀਂ ਪਲਾਨ ਵਰਕਆਊਟ ਹੋਊਗੀ ਜੇ ਇਨ ਪਰਸਨ ਬੱਚੇ ਆਉਂਦੇ ਆ ਤੇ ਉਹ ਸਰਵੇ ਦੇ ਜਿਹੜੇ ਰਿਜ਼ਲਟ ਸੀਗੇ ਉਹ ਸਾਰੇ 50-50 ਸੀਗੇ ਅਰਾਊਂਡ 50-50 ਕਿ ਜਿਹੜੇ 45-50% ਪੇਰੈਂਟਸ ਜਿਹੜੇ ਸੀਗੇ ਦੇ ਵਰ ਵਿਲਿੰਗ ਟੂ ਰਿਸਕ ਦੇਅਰ ਯੂ ਨੋ ਕਿਡਸ ਹੈਲਥ ਔਰ ਵਟ ਐਵਰ ਐਂਡ ਦੈਨ ਦੇ ਵਰ ਵਿਲਿੰਗ ਟੂ ਸੈਂਡ ਦੇਅਰ ਕਿਡਸ ਟੂ ਸਕੂਲਸ ਇਨ ਪਰਸਨ ਪਰ ਅਸੀਂ ਜਿਹੜਾ ਐਜ਼ ਏ ਸਕੂਲ ਬੋਰਡ ਅਸੀਂ ਡਿਸਾਈਡ ਕੀਤਾ ਪਰ ਅਸੀਂ ਇਹ ਕੀਤਾ ਉਹਨਾਂ ਨੂੰ ਅਸੀਂ ਇਨ ਪਰਸਨ ਹੋਰ ਐਕਟੀਵਿਟੀਜ਼ ਦਿੱਤੀਆਂ ਜਿਵੇਂ ਆਫਟਰ ਸਕੂਲ ਸੀਗੀਆਂ ਖੇਡਾਂ ਸੀਗੀਆਂ ਕੁਛ ਹੋਰ ਆਪਣੇ ਜਿਹੜੇ ਆਰਟਸ ਦੀਆਂ ਐਕਟੀਵਿਟੀਜ਼ ਸੀਗੀਆਂ ਤਾਂ ਕਿ ਬੱਚੇ ਜਿਹੜੇ ਨੇ ਉਹ 1-2 ਘੰਟੇ ਆ ਸਕਣ ਤੇ ਉਹਨਾਂ ਨੂੰ ਥੋੜਾ ਐਕਸਪੋਜ਼ਰ ਹੋ ਸਕੇ ਤੇ ਜਿਹੜੇ ਉਹ ਆਪਣੇ ਟੀਚਰ ਕੁਛ ਟੀਚਰ ਸੀਗੇ ਜਿਹੜੇ 50-50 ਟੀਚਰ ਸੀਗੇ ਜਿਹੜੇ ਇਨ ਪਰਸਨ ਆਉਣ ਦੇ ਵਿੱਚ ਕੰਫਰਟੇਬਲ ਫੀਲ ਕਰਦੇ ਸੀ ਤੇ ਅਦਰ 50% ਸੀਗੇ ਜਿਹੜੇ ਆਲਮੋਸਟ ਦੇ ਵਰ ਨਾਟ ਫੀਲਿੰਗ ਕੰਫਰਟੇਬਲ ਬਿਕਾਜ਼ ਆਫ ਦੇਅਰ ਹੋਮ ਸਿਚੁਏਸ਼ਨ ਦੇਅਰ ਫੈਮਿਲੀ ਸਿਚੁਏਸ਼ਨ ਔਰ ਦੇਅਰ ਹੋਮ ਹੈਲਥ ਕੰਡੀਸ਼ਨਸ ਸਰਬਜੀਤ ਜੀ ਇਹ ਤਾਂ ਚਲੋ ਯੂ ਨੋ ਤੁਸੀਂ ਸਾਨੂੰ ਰੀਕੈਪ ਦਿੱਤਾ ਪਿਛਲੇ ਸਾਲ ਕਿਸ ਤਰ੍ਹਾਂ ਜਰਨੀ ਰਹੀ ਹੈ ਤੁਹਾਡੇ ਸਕੂਲ ਡਿਸਟ੍ਰਿਕਟ ਦੇ ਵਿੱਚ ਐਂਡ ਵਾਂਸ ਅਗੇਨ ਇਟ ਸੀਮਸ ਦੈਟ ਜੋ ਰੈਕਮੈਂਡੇਸ਼ਨਸ ਭਾਵੇਂ ਉਹ CDC ਵੱਲੋਂ ਹੋਣ ਜਾਂ ਹੋਰ ਡਾਕਟਰ ਤੇ ਮੈਡੀਕਲ ਪ੍ਰੋਫੈਸ਼ਨਲਸ ਵੱਲੋਂ ਉਹਨਾਂ ਨੂੰ ਲਗਭਗ ਫੋਲੋ ਕੀਤਾ ਗਿਆ ਹੈ ਬਟ ਦੈਟ ਬੀਂਗ ਸੈਡ ਹੁਣ ਜੋ ਡੈਲਟਾ ਵੈਰੀਐਂਟ ਆ ਰਹੀ ਹੈ ਖਾਸ ਕਰਕੇ ਜਿੱਥੇ ਬੱਚਿਆਂ ਦੀ ਗੱਲ ਆਉਂਦੀ ਹੈ ਯੂ ਨੋ ਦ ਸਟੈਟਿਸਟਿਕਸ ਜੋ ਸਾਇੰਸ ਸਾਨੂੰ ਦੱਸਦੀ ਹੈ ਜੋ ਡਾਕਟਰਸ ਤੋਂ ਹਸਪਤਾਲਾਂ ਤੋਂ ਰਿਪੋਰਟਸ ਆ ਰਹੀਆਂ ਉਹ ਸਾਨੂੰ ਇਹ ਦੱਸਦੀਆਂ ਕਿ ਇਹ ਡੈਲਟਾ ਵੈਰੀਐਂਟ ਬੱਚਿਆਂ ਦੇ ਵਿੱਚ ਵੀ ਹੋਰ ਡੇਂਜਰਸ ਹੈਗੀ ਇਨਫੈਕਟ ਕਾਫੀ ਡਾਕਟਰਸ ਦੀ ਇਹ ਰਿਪੋਰਟਸ ਹੈਗੀਆਂ ਕਿ ਜਿੱਥੇ ਪਹਿਲੇ ਜੋ ਪੀਡੀਆਟ੍ਰਿਕ ਵਾਰਡਸ ਹੁੰਦੇ ਸੀ ਉਹਦੇ ਵਿੱਚ ਜਦੋਂ ਬੱਚੇ ਆਉਂਦੇ ਸੀ ਕਿਸੇ ਹੋਰ ਚੀਜ਼ ਲਈ ਤੁਹਾਡੀ ਹੱਡੀ ਟੁੱਟ ਗਈ ਤੁਹਾਡਾ ਕੋਈ ਯੂ ਨੋ ਸਕ੍ਰੈਚ ਆ ਗਿਆ ਕੋਈ ਇੱਦਾਂ ਦੀ ਚੋਟ ਲੱਗ ਗਈ ਤੁਹਾਨੂੰ ਤੇ ਉਹਨਾਂ ਨੂੰ ਲੈ ਕੇ ਆਉਂਦੇ ਸੀ ਹਸਪੀਟਲ ਦੇ ਵਿੱਚ ਐਂਡ ਅਗਰ ਉਹ ਕੋਵਿਡ ਪੋਜ਼ਿਟਿਵ ਹੋ ਜਾਂਦੇ ਸੀ ਦੈਨ ਦੇ ਵੁੱਡ ਨੋ ਕਿ ਓਕੇ ਇਹਨਾਂ ਨੂੰ ਕੋਵਿਡ ਹੈ ਬਟ ਹੁਣ ਜੋ ਬੱਚੇ ਆ ਰਹੇ ਹੈ ਉਹਨਾਂ ਨੂੰ ਕੋਵਿਡ ਦੀ ਐਕਸਟ੍ਰੀਮ ਸਿੰਪਟਮਸ ਕਰਕੇ ਉਹ ਆ ਰਹੇ ਨਾ ਕਿ ਕਿਸੇ ਹੋਰ ਕਾਰਨ ਕਰਕੇ ਦੇ ਆਰ ਫੇਸਿੰਗ ਦੋਜ਼ ਐਕਸਟ੍ਰੀਮ ਸਿੰਪਟਮਸ ਐਂਡ ਜੋ ਜਿਹਦੇ ਲਈ ਹਸਪਿਟਲਾਈਜੇਸ਼ਨ ਇੰਟਿਊਬੇਸ਼ਨ ਐਂਡ ਲੌਂਗ ਟਰਮ ਹੈਲਥ ਇਫੈਕਟਸ ਵੇਖਣ ਨੂੰ ਮਿਲ ਰਹੇ ਉਹ ਹੁਣ ਬੱਚਿਆਂ ਦੇ ਵਿੱਚ ਵੀ ਇਸ ਡੈਲਟਾ ਵੈਰੀਐਂਟ ਕਰਕੇ ਡਾਕਟਰ ਸਾਨੂੰ ਦੱਸ ਰਹੇ ਮੌਜੂਦ ਹੈ with this information right and the fact that 12 saal to younger de bachchan layi ta vaccine vi nahi hegi hale tak you know do you think that jo parents and teachers the mindset hega vaccines nu laake in kuch facts karke change hoya do you think people are more likely toade school district de vich hun vaccines lavan layi masks pa ke school de vich jaan layi or do you think hale vi resistance hegi schoolan te parents de vich mere hisab de naal saadi
ਜਿਹੜੀ ਪੋਪੂਲੇਸ਼ਨ ਸਾਡੀ ਡੈਮੋਗ੍ਰਾਫਿਕ ਹਿਸਾਬ ਦੇ ਨਾਲ ਸਾਡੀ ਬਹੁਤ ਥੋੜੀ ਪੋਪੂਲੇਸ਼ਨ ਹੋਣੀ ਆ ਸਾਡੇ ਸਪੈਸ਼ਲੀ ਸਾਡੇ ਸ਼ਹਿਰ ਦੇ ਵਿੱਚ ਵੀ ਆਰ ਅਰਾਊਂਡ 85% ਮਿਨੋਰਿਟੀ ਏਸ਼ੀਅਨ ਤੱਕ 85% ਨੇਗੇ ਤੇ ਫਿਰ ਹਿਸਪੈਨਿਕ ਕਮਿਊਨਿਟੀ ਹੈਗੀ ਆ ਥੋੜੇ ਬਲੈਕ ਨੇ ਥੋੜੇ ਵਾਈਟ ਨੇ ਤੇ ਮੇਰੇ ਹਿਸਾਬ ਦੇ ਨਾਲ ਏਸ਼ੀਅਨ ਕਮਿਊਨਿਟੀਜ਼ ਵੇ ਇਸ ਮਾਈ ਐਕਸਪੀਰੀਅੰਸ ਦੇ ਵਰ ਮੋਰ ਰਿਸੈਪਟਿਵ ਸੀਗੇ ਵੈਕਸੀਨੇਸ਼ਨ ਲੈਣ ਵਾਸਤੇ ਸੋ ਉਹਨਾਂ ਨੇ ਲਵਾਏ ਨੇ ਹੈਗੇ ਆ ਜਿਨ੍ਹਾਂ ਨੂੰ ਵੀ ਮਿਲੇ ਹੈਗੇ ਆ ਅਵੇਲੇਬਲ ਸੀਗੇ ਚਲੋ ਅੰਡਰ 12 ਤਾਂ ਡਿਫਰੈਂਟ ਸਟੋਰੀ ਹੈਗੀ ਆ ਤੇ ਇਨ ਦਾ ਐਂਡ ਦੇਖੋ ਇਹ ਹੁੰਦਾ ਵਾ ਵੀ ਜਿਹੜੇ ਬੱਚੇ ਨੇ ਉਹ ਪੇਰੈਂਟਸ ਦੇ ਜਿਵੇਂ ਪੇਰੈਂਟਸ ਹੋਣਗੇ ਕਹਿਣਗੇ ਉਹਨਾਂ ਨੂੰ ਉਹਨਾਂ ਨੇ ਉਵੇਂ ਚੱਲਣਾ ਪੇਰੈਂਟਸ ਨੇ ਡਿਸੀਜਨ ਮੇਕ ਕਰਨਾ ਰਿਗਾਰਡਲੈਸ ਸਕੂਲ ਬੋਰਡ ਸਾਡੇ ਕੋਲ ਥੋੜੇ ਘੰਟਿਆਂ ਲਈ ਆਉਂਦੇ ਜ਼ਿਆਦਾ ਚਿਰ ਤਾਂ ਪੇਰੈਂਟਸ ਕੋਲ ਪੇਰੈਂਟਸ ਦੀ ਸੇਫ ਹੁੰਦੀ ਆ ਸੋ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ PLA ਜਿਵੇਂ ਹੈਗਾ ਵਾ ਪਰਸਨਲ ਲਰਨਿੰਗ ਅਕੈਡਮੀ ਸਾਡੇ ਸਕੂਲ ਡਿਸਟ੍ਰਿਕਟ ਦੇ ਵਿੱਚ ਅਸੀਂ ਬਣਾਈ ਹੋਈ ਆ ਇੰਡੀਪੈਂਡੈਂਟ ਸਟੱਡੀ ਪ੍ਰੋਗਰਾਮ ਵੀ ਹੈਗਾ ਵਾ ਤੇ ਦੋ ਤਿੰਨ ਆਪਸ਼ਨਸ ਹੈਗੀਆਂ ਜਿਹੜੇ ਪੇਰੈਂਟਸ ਕੰਫਰਟੇਬਲ ਨਹੀਂ ਫੀਲ ਕਰਦੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣ ਦੇ ਲਈ ਅਸੀਂ ਉਹਨਾਂ ਨੂੰ ਉਹ ਆਪਸ਼ਨਸ ਪ੍ਰੋਵਾਈਡ ਕੀਤੀਆਂ ਨੇ ਤੇ ਇਹ ਪੇਰੈਂਟਸ ਦਾ ਹੀ ਡਿਊਟੀ ਬਣਦੀ ਹੈ ਕਿਉਂਕਿ ਉਹਨਾਂ ਦੀ ਜਿਹੜੀ ਹੈਲਥ ਕੰਡੀਸ਼ਨਸ ਨੇਗੀਆਂ ਉਹ ਪੇਰੈਂਟਸ ਨੂੰ ਪਤਾ ਆਪਣੇ ਬੱਚਿਆਂ ਦੀਆਂ ਜਾਂ ਆਪਣੀ ਫੈਮਿਲੀ ਦੀਆਂ ਤੇ ਬੇਸਡ ਔਨ ਦੈਟ ਡੇਟਾ ਜਾਂ ਉਹਨਾਂ ਦਾ ਕੰਫਰਟ ਲੈਵਲ ਜਾਂ ਉਹਨਾਂ ਸੇਫਟੀ ਕਿੰਨੀ ਉਹ ਕਿੱਥੇ ਮਹਿਸੂਸ ਕਰਦੇ ਨੇ ਇਨ ਦਾ ਐਂਡ ਇਸ ਪੇਰੈਂਟਸ ਚੋਇਸ ਅਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਸੇਮ ਥਿੰਗ ਫਾਰ ਦਾ ਸਟਾਫ ਤੇ ਈਵਨ ਦੋ ਜਿਹੜੀ ਮੈਂਡੇਟਰੀ ਕੀਤੀ ਵੀ ਆ ਉਹਨਾਂ ਨੇ ਆਈ ਡੋਨਟ ਥਿੰਕ ਵੀ ਕੈਨ ਇੰਪਲੀਮੈਂਟ ਦੈਟ ਐਟ ਦਾ ਲੋਕਲ ਲੈਵਲ Why do you think that? Implement de vich ki issues ton lagda hai implementation de vich aange is navi vaccine mandate nu leke California de vich haanji ode vich eh hega va pehla vi jehda assi data collect kita siga teachers especially for example ta teachers kole kafi options hegiyan negiyan ke oh they can use their sick leave so it's a big challenge for the administration for us ਕਿ ਹੁਣ ਟੀਚਰ ਜਿਹੜੇ ਸਿੱਕ ਲੀਵ ਕਾਲ ਕਰ ਦਿੰਦੇ ਆ ਜਾਂ ਉਹਨਾਂ ਕੋਲ ਕਈ ਸਾਲ ਦੀ ਸਿੱਕ ਲੀਵ ਸੇਵ ਕੀਤੀ ਹੋਈ ਆ ਸੋ ਵੀ ਨੀਡ ਟੂ ਸੈਂਡ ਅ ਸਬਸਟੀਟਿਊਟ ਟੀਚਰ ਅਸੀਂ ਕੁਝ ਕਹਿ ਨਹੀਂ ਸਕਦੇ ਜਾਂ ਉਹ ਨਾ ਵੀ ਲੀਵ ਹੋਵੇ ਜੇ ਕੋਈ ਬੰਦਾ ਕਹਿੰਦਾ ਮੈਂ ਸਿੱਕ ਹਾਂ ਮੈਂ ਬਿਮਾਰ ਹਾਂ ਜਾਂ ਮੈਂ ਮਤਲਬ ਹੈ ਨਾ ਫਾਰ ਵਟ ਐਵਰ ਰੀਜ਼ਨ ਇਹ ਕੰਫੀਡੈਂਟ ਹਿੱਪਾ ਵਾਇਲੇਸ਼ਨ ਹੋ ਜਾਣੀ ਅਸੀਂ ਪੁੱਛ ਨਹੀਂ ਸਕਦੇ ਉਹਨਾਂ ਨੂੰ ਕੀ ਬਿਮਾਰੀ ਜਿੰਨਾ ਐਜ਼ ਲੌਂਗ ਐਜ਼ ਉਹ ਸਰਟੀਫਿਕੇਟ ਲਿਆ ਦਿੰਦੇ ਆ ਵੀ ਹੈਵ ਟੂ ਅਕਸੈਪਟ ਰਾਈਟ ਤੇ ਪੇਰੈਂਟਸ ਦੀ ਵੀ ਇੱਦਾਂ ਹੀ ਹੈਗੀ ਆ ਸੇ ਸੋ ਹੁਣ ਜਿਹੜੀ ਡੈਲਟਾ ਵੇਰੀਐਂਟ ਆਉਂਦੀ ਤਾਂ ਹੈਗੀ ਆ ਪਰ ਫਿਰ ਵੀ ਜਿਹੜੇ ਇਨ ਦਾ ਐਂਡ ਪੇਰੈਂਟਸ ਨੂੰ ਇਹ ਚੋਇਸ ਮੇਕ ਕਰਨੀ ਪੈਣੀ ਉਹਨਾਂ ਨੂੰ ਚੋਇਸ ਬਣਾਉਣੀ ਪੈਣੀ ਆ ਇਹ ਵੀ ਅਸੀਂ ਆਪਣੇ ਬੱਚਿਆਂ ਨੂੰ ਭੇਜਣਾ ਕਿ ਨਹੀਂ ਭੇਜਣਾ ਮੇਰੀ ਜੇ ਬੱਚਾ ਹੋਵੇ ਅੱਜ ਸਕੂਲ ਵਿੱਚ ਜਾਂਦਾ ਹੋਵੇ ਮੈਂ ਸਕੂਲ ਬੋਰਡ ਮੈਂਬਰ ਹਾਂ ਮੈਨੂੰ ਡੈਲਟਾ ਪਤਾ ਮੈਨੂੰ ਪਤਾ ਵੀ ਡੈਲਟਾ ਵੇਰੀਐਂਟ ਆ ਰਿਹਾ ਵਾ ਤੇ ਮੇਰੀ ਹੁਣ ਮੈਂ ਆਪਣੇ ਪਰਸਨਲੀ ਆਪਣੇ ਜ਼ਿੰਦਗੀ ਦੇ ਹਿਸਾਬ ਦੇ ਨਾਲ ਮੈਂ ਦੱਸਦੀ ਸਾਡੇ ਪਰਿਵਾਰਕ ਦੇ ਹਿਸਾਬ ਦੇ ਨਾਲ ਮੈਂ ਦੱਸਦੀ ਹਾਂ ਮੈਂ ਇਹ ਸੋਚਦੀ ਹਾਂ ਵੀ ਰਿਸਕ ਤਾਂ ਬੜੇ ਥਾਂ ਤੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਤੇ ਪਰ ਕੋਈ ਬੰਦੇ ਹੁੰਦੇ ਜਿਹੜੇ ਉਹ ਕੰਫਰਟੇਬਲ ਫੀਲ ਕਰਦੇ ਰਿਸਕ ਲੈਣ ਦੇ ਲਈ ਕੋਈ ਨਹੀਂ ਫੀਲ ਕਰਦੇ ਹੈਗੇ ਸਾਡੀ ਫੈਮਿਲੀ ਦੇ ਹਿਸਾਬ ਦੇ ਨਾਲ ਜੇ ਮੇਰੇ ਬੱਚੇ ਹੁਣ ਨਹੀਂ ਵੈਸੇ ਸਕੂਲ ਲੈਵਲ ਦੇ ਵਿੱਚ ਹੈਗੇ ਵੱਡੇ ਹੋ ਗਏ ਨੇ ਪਰ ਜੇ ਉਹ ਸਕੂਲ ਜਾਂਦੇ ਹੁੰਦੇ ਤਾਂ ਮੈਂ ਉਹਨਾਂ ਨੂੰ ਮਾਸਕ ਦੇ ਹਿਸਾਬ ਦੇ ਨਾਲ ਸਕੂਲ ਭੇਜਣ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਕਿਉਂਕਿ ਇਹ ਜਿਹੜਾ ਕੋਵਿਡ ਦਾ ਹਿਸਾਬ ਪਹਿਲਾਂ ਤਾਂ ਸੀਗਾ ਚਲੋ 2-4 ਮਹੀਨੇ ਸੀਗੇ ਤੇ ਮੈਂ ਵੀ ਨਹੀਂ ਸੋਚਦੀ ਸੀ ਵੀ ਆਪਾਂ ਭੇਜੀਏ ਬੱਚਿਆਂ ਨੂੰ ਰੱਖੀਏ ਹੁਣ ਜਿਸ ਹਿਸਾਬ ਦੇ ਨਾਲ ਇਹਦਾ ਐਵੋਲੂਸ਼ਨ ਕਾਈਂਡ ਆਫ ਹੋ ਰਹੀ ਆ ਉਹ ਲੱਗਦਾ ਵੀ ਇਹ ਜਾਣਾ ਨਹੀਂ ਹੈਗਾ ਛੇਤੀ ਲੌਂਗ ਟਰਮ ਹੋਣੀ ਹੈ ਯਾ ਮੈਂ ਇਹ ਜ਼ਰੂਰ ਰਿਕਮੈਂਡ ਕਰਦੀ ਹਾਂ ਵੀ ਜੇ ਕਿਸੇ ਨੇ ਵੈਕਸੀਨੇਸ਼ਨ ਨਹੀਂ ਲਵਾਇਆ ਸਪੈਸ਼ਲੀ ਪੰਜਾਬੀ ਕਮਿਊਨਿਟੀ ਆਪਣੀ ਇੰਡੀਆ ਪੰਜਾਬੀ ਕਮਿਊਨਿਟੀ ਜਿਹੜੀ ਹੈਗੀ ਆ ਤਾਂ ਉਹ ਹਜੇ ਵੀ ਜਿੱਥੋਂ ਤੱਕ ਤੁਹਾਨੂੰ ਅਵੇਲੇਬਲ ਆ 18 ਸਾਲ ਤੱਕ ਦੋ ਮਤਲਬ ਜਾਂ ਹਾਈ ਸਕੂਲ ਦੇ ਬੱਚਿਆਂ ਨੂੰ ਵੀ ਕਰਤਾ 12 ਤੋਂ ਉੱਪਰ ਉਹ ਵੈਕਸੀਨੇਸ਼ਨ ਜ਼ਰੂਰ ਲਵਾਉਣਾ ਚਾਹੀਦਾ ਮੈਂ ਵੀ ਖੁਦ ਲਵਾਇਆ ਸਾਡੀ ਫੈਮਿਲੀ ਨੇ ਸਾਰਿਆਂ ਨੇ ਲਵਾਇਆ ਵੀ ਡੂ ਬਲੀਵ ਇਨ ਸਾਇੰਸ ਵੀ ਡੂ ਬਲੀਵ I'm so glad, Sarabjit ji, because you know this is a public health, a science, a medical issue. But of course, politics kitna kithe had tak is cheez nu hun control kare. Main politics bare tor nal gal karna chahndi hai, khas karke ek ta local te nationwide ki ho rahe in mandates and back to school the openings nu laake. Ithe ek chote ji break le rakhde hain, Sarabjit ji, ma ji, is tarah sad nal jude raho. Viewers, tusi vi jude raho, bahut important jankari tor nal share karan ja rahe hain. Break tos paar. ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਬੈਕ ਟੂ ਸਕੂਲ ਓਪਨਿੰਗਸ ਤੇ ਡੈਲਟਾ ਵੈਰੀਐਂਟ ਦੀ ਐਂਡ ਆਫ ਕੋਰਸ ਦ ਪੋਲਿਟਿਕਸ ਆਫ ਇਟ ਆਲ ਬਿਕੋਜ਼ ਪੋਲਿਟਿਕਸ ਤੋਂ ਬਗੈਰ ਇਸ ਕੰਟਰੀ ਦੇ ਵਿੱਚ ਤਾਂ ਕੁਛ ਨਹੀਂ ਹੁੰਦਾ ਸਾਡੇ ਨਾਲ ਜੁੜੇ ਹਨ ਸਰਬਜੀਤ ਚੀਮਾ ਜੀ ਕੈਲੀਫੋਰਨੀਆ ਸਕੂਲ ਬੋਰਡ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਫ ਦੀ ਨਿਊ ਹੇਵਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਸਰਬਜੀਤ ਜੀ
ਤੁਹਾਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਤੁਸੀਂ ਸਾਨੂੰ ਬਹੁਤ ਮੈਂ ਕਵਾਂਗੀ ਵਧੀਆ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਕਿ ਹੁਣ ਜਿੱਥੇ ਕੈਲੀਫੋਰਨੀਆ ਦੇ ਵਿੱਚ ਇਹ ਵੈਕਸੀਨ ਮੈਂਡੇਟ ਟੀਚਰਸ ਤੇ ਲਵਾਇਆ ਗਿਆ ਗਵਰਨਰ ਗੈਵਨ ਨਿਊਸਮ ਵੱਲੋਂ, ਯੂ ਨੋ ਇਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਇਸ਼ੂਜ ਆ ਸਕਦੇ ਆ, ਬਟ ਤੁਹਾਡੇ ਸਕੂਲ ਡਿਸਟ੍ਰਿਕਟ ਦੇ ਵਿੱਚ ਸਾਇੰਸ ਅਤੇ ਜੋ ਮੈਡੀਕਲ ਪ੍ਰੋਫੈਸ਼ਨਲਸ ਨੇ ਰੈਕਮੈਂਡੇਸ਼ਨ ਦਿੱਤੀਆਂ ਉਹਨਾਂ ਨੂੰ ਫੋਲੋ ਕੀਤਾ ਗਿਆ, ਤੁਸੀਂ ਸਰਵੇਸ ਲਿੱਤੇ, ਪੇਰੈਂਟਸ ਦੇ ਨਾਲ ਗੱਲਾਂ ਕੀਤੀਆਂ, ਐਂਡ ਲਾਰਜਲੀ ਤੁਹਾਡੇ ਸਕੂਲ ਡਿਸਟ੍ਰਿਕਟ ਦੇ ਵਿੱਚ ਕੋਵਿਡ ਨੂੰ ਕੰਟਰੋਲ ਕਰਨ ਦੇ ਮੈਜਰਸ ਅਪਣਾਏ ਜਾ ਰਹੇ ਹੈ। ਬਟ ਦਿਸ ਇਜ਼ ਨਾਟ ਦ ਕੇਸ ਐਵਰੀਵੇਅਰ ਇਨ ਦ ਕੰਟਰੀ। ਅਗਰ ਆਪਾਂ ਫਲੋਰੀਡਾ ਦਾ ਐਗਜ਼ਾਮਪਲ ਲੈ ਕੇ ਚੱਲੀਏ, ਫਲੋਰੀਡਾ ਦੇ ਵਿੱਚ ਬਹੁਤ ਵੱਡੀ ਇਸ ਵੇਲੇ ਸਮੱਸਿਆ ਬਣ ਰਹੀ ਹੈ ਕੋਵਿਡ ਅਤੇ ਬੈਕ ਟੂ ਸਕੂਲਸ ਨੂੰ ਲੈ ਕੇ। ਫਲੋਰੀਡਾ, ਆਈ ਵਾਂਟ ਇੱਕ ਵਾਰੀ ਫਿਰ ਮੈਂ ਦੱਸਣਾ ਚਾਹੁੰਦੀ ਹਾਂ, ਹੈਜ਼ ਅ ਸੈਕਿੰਡ ਹਾਈਐਸਟ ਰੇਟ ਆਫ ਹਾਸਪਿਟਲਾਈਜ਼ਡ ਚਿਲਡਰਨ ਜੋ ਕੋਵਿਡ ਕਰਕੇ ਹਸਪਤਾਲ ਦੇ ਵਿੱਚ ਆਏ ਹਨ। ਸਭ ਤੋਂ ਕੰਟਰੀ ਦੇ ਵਿੱਚ ਸੈਕਿੰਡ ਹਾਈਐਸਟ ਰੇਟ ਫਲੋਰੀਡਾ ਦੇ ਬੱਚਿਆਂ ਦੇ ਵਿੱਚ ਹੈਗਾ ਕੋਵਿਡ ਦਾ। ਬਟ ਗਵਰਨਰ ਰਾਨ ਡਿਸੈਂਟਿਸ ਆਫ ਫਲੋਰੀਡਾ, ਉਹਨਾਂ ਨੇ ਇੱਕ ਐਂਟੀ ਮਾਸਕ ਮੈਂਡੇਟ ਅਸੈਂਸ਼ਲੀ ਲੈਜਿਸਲੇਸ਼ਨ ਪਾਸ ਕੀਤੀ ਕਿ ਕੋਈ ਵੀ ਸਟੇਟ ਦੇ ਵਿੱਚ ਮਾਸਕ ਮੈਂਡੇਟ ਨਹੀਂ ਕਰ ਸਕਦਾ, ਵੈਕਸੀਨਸ ਦੀ ਕੋਈ ਮੈਂਡੇਟ ਨਹੀਂ ਹੈਗੀ। ਜਿੱਦਾਂ ਨਿਊਯਾਰਕ ਦੇ ਵਿੱਚ ਵੈਕਸੀਨਸ ਪਾਸਪੋਰਟ ਇੱਕ ਚੀਜ਼ ਬਣ ਚੁੱਕੀ ਹੈ, ਇਨ ਫਲੋਰੀਡਾ ਉਸ ਚੀਜ਼ ਦੇ ਵੀ ਖਿਲਾਫ ਲੈਜਿਸਲੇਸ਼ਨ ਖੜੀ ਕੀਤੀ ਗਈ ਹੈ। ਐਂਡ ਮੋਸਟ ਰੀਸੈਂਟਲੀ ਜਦੋਂ ਸਕੂਲ ਡਿਸਟ੍ਰਿਕਟਸ ਨੇ ਫਲੋਰੀਡਾ ਦੇ ਵਿੱਚ ਮਾਸਕ ਜਾਂ ਵੈਕਸੀਨ ਦੀ ਕੋਈ ਵੀ ਮੈਂਡੇਟਸ ਪਾਸ ਕਰਨ ਦੀ ਕੋਸ਼ਿਸ਼ ਕੀਤੀ, ਗਵਰਨਰ ਰਾਨ ਡਿਸੈਂਟਿਸ ਨੇ ਥਰੈਟਨ ਕੀਤਾ ਉਨ ਸਕੂਲ ਬੋਰਡਸ ਨੂੰ ਕਿ ਤੁਹਾਡੀ ਫੰਡਿੰਗ ਅਸੀਂ ਵਿਥਡਰਾ ਕਰ ਲੈਣਗੇ ਅਗਰ ਤੁਸੀਂ ਕੋਈ ਵੀ ਇਹੋ ਜਿਹਾ ਮੈਂਡੇਟ ਪਾਸ ਕਰਦੇ ਹੋ। ਸਰ ਜੀ ਜੀ, ਯੂ ਨੋ ਆਈ ਫੇਲ ਟੂ ਅੰਡਰਸਟੈਂਡ, ਇੱਕ ਸਕੂਲ ਡਿਸਟ੍ਰਿਕਟ ਜਾਂ ਸਕੂਲ ਕਿਸੇ ਵੀ ਐਡਮਿਨਿਸਟ੍ਰੇਟਰ ਦਾ ਸਭ ਤੋਂ ਵੱਡੀ ਪ੍ਰਾਇਓਰਿਟੀ ਬੱਚਿਆਂ ਦੀ ਸੇਫਟੀ ਐਂਡ ਵੈਲਬੀਇੰਗ ਹੋਣੀ ਚਾਹੀਦੀ ਹੈ। ਹਾਓ ਡਜ਼ ਐਨੀ ਸਕੂਲ ਪ੍ਰੋਫੈਸ਼ਨਲ ਐਕਡੈਮਿਕ ਐਡਮਿਨਿਸਟ੍ਰੇਟਰ ਇਨ ਫਲੋਰੀਡਾ ਉਹ ਆਪਣੀ ਜੋਬ ਕਿਸ ਤਰ੍ਹਾਂ ਕਰ ਸਕਦੇ ਹੈ ਇਹੋ ਜਿਹੀ ਪੋਲੀਟੀਕਲ ਇਨਵਾਇਰਮੈਂਟ ਦੇ ਵਿੱਚ? Yeah, totally. Florida is Florida. I'm glad that we are in California. Yeah. I respect the people's individual freedoms and liberty, whatever they want to do with their lives. But we also need to be mindful of our surroundings and other communities. Yeah. So I don't agree with what Governor DeSantis has done in Florida. I don't agree with it at all. Mm-hmm. I think mandatory is a very strong word. We need to be advising in all cases, regardless. He might be believing in that there is no COVID, you know, it's all hoax or whatever. Mm-hmm. But he can advise, you know, so, but no mandatory. Same thing here in California. We need to educate people, advise people against all the dangers and what we can get into. But in the end, it's individual choice. Regardless if teachers or parents, students, community members, I don't believe in mandating in either. So Sarbjit ji, I'm so glad ke tusi eh awareness te advising di gal kiti, because you're right is jung de vich ik ik lafz jis tarah assi vartde ha ohde naal lokan da mindset change hunda hai, right? So jithe awareness di gal aundi, Florida de vich main ek bari fir inu example de taur te use kardi ha, jo kuch school board di meetings hui hain parents de naal, right, jidda town hall sessions hunde ohde vich jo utthe de administrators ne notice kita jo parents ਵੈਕਸੀਨਸ ਅਤੇ ਮਾਸਕਸ ਦੇ ਖਿਲਾਫ ਹਨ, ਮੈਂਡੇਟ ਛੱਡ ਦਿਓ ਹੈ ਨਾ, ਜਸਟ ਇਨ ਜਨਰਲ ਵੈਕਸੀਨਸ ਅਤੇ ਮਾਸਕਸ ਦੇ ਖਿਲਾਫ ਹਨ, ਮੋਸਟ ਆਫ ਦੈਮ ਉਹ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ, ਗਲਤ ਜਾਣਕਾਰੀ ਦੇ ਬਲਬੂਤੇ 'ਤੇ ਇਹ ਡਿਸੀਜਨ ਬਣਾ ਰਿਹਾ ਹੈ। ਫਰਗੈਟ ਕਿ ਉਹ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲ ਰਹੀ ਹੈ, ਭਾਵੇਂ ਫੇਸਬੁੱਕ ਹੋਏ, ਵਟਸਐਪ ਯੂਨੀਵਰਸਿਟੀ ਜਾਂ ਟੀਵੀ ਤੋਂ ਜਾਂ ਜੋ ਵੀ ਤੁਸੀਂ ਕਹਿ ਲਓ, ਰਾਈਟ? ਬਟ ਦ ਪੁਆਇੰਟ ਇਜ਼ ਉਹਨਾਂ ਦੇ ਕੋਲ ਮਿਸ ਇਨਫੋਰਮੇਸ਼ਨ ਹੈਗੀ। ਸੋ ਵਟ ਯੂ ਥਿੰਕ ਕਿ ਜਿੱਥੇ ਅਵੇਅਰਨੈਸ ਦੀ ਗੱਲ ਆਉਂਦੀ ਹੈ, ਜੋ ਪੇਰੈਂਟਸ ਇੰਨੀ ਗਲਤ ਇਨਫੋਰਮੇਸ਼ਨ ਦੇ ਸਿਰ 'ਤੇ ਆਪਦੇ ਬੱਚਿਆਂ ਨੂੰ, ਆਪਦੇ ਕਮਿਊਨਿਟੀਜ਼ ਨੂੰ ਡੇਂਜਰ ਦੇ ਵਿੱਚ ਪਾ ਰਹੇ ਹੈ, ਉਹਨਾਂ ਨੂੰ ਸਹੀ ਇਨਫੋਰਮੇਸ਼ਨ ਕਿਸ ਤਰ੍ਹਾਂ ਪਹੁੰਚਾਈ ਜਾਏ? ਹਾਊ ਵੁੱਡ ਯੂ ਡੂ ਇਟ ਇਨ ਯੋਰ ਸਕੂਲ ਡਿਸਟ੍ਰਿਕਟ, ਜਿੱਥੇ ਯੂ ਨੋ ਤੁਹਾਡੇ ਸਕੂਲ ਡਿਸਟ੍ਰਿਕਟ ਦੇ ਵਿੱਚ ਸਹਿਮੀਅਤ ਹੈਗੀ ਇਸ ਚੀਜ਼ ਦੇ ਨਾਲ, ਰਾਈਟ, ਟੇਕਿੰਗ ਪ੍ਰਿਕੋਸ਼ਨਸ, ਬਟ ਇਨ ਅ ਸਟੇਟ ਲਾਈਕ ਫਲੋਰੀਡਾ, ਹਾਊ ਵੁੱਡ ਯੂ ਚੇਂਜ ਦ ਮਾਈਂਡਸੈਟਸ ਆਫ ਦੀਸ ਪੀਪਲ ਜਿਨ੍ਹਾਂ ਨੇ ਮਿਸ ਇਨਫੋਰਮੇਸ਼ਨ ਦੇ ਉੱਤੇ ਵੈਕਸੀਨਸ ਨੂੰ ਉਹ ਇਨਕਾਰ ਕਰ ਰਹੇ, ਮਾਸਕਸ ਨਹੀਂ ਪਾਉਣਾ ਚਾਹੁੰਦੇ? ਆਈ ਮੀਨ, ਹਾਊ ਡੂ ਯੂ ਹੈਂਡਲ ਦੈਟ? So Florida is too far out from California. We're on the
other side of the coast. But here in actually in California, we have several districts. They believe in those kind of policies. In Alameda County, we have one school school district called Livermore City, the which. So there was a big hangama utthe hoya wa, same thing, jede anti-masks, anti-COVID testing, or even vaccination, they hage si, oh, sare unna ne aake bohut jyade hala-gulla machaya, te board nu jede meeting unna nu radd karni payi, is last week. Wow. So we were watching that, ke ki ho reya wa, bhi sade school district vich bhi eh ho sakdi hai. So this is the tough call, and this is tough time, and then tough times, or you know, this kind of crisis, they also provide us with the opportunities to reflect and think what is best. So, for example, I'm school board member. We are five of us. Hanji. Three of us, which way jede unna ne vote pauni hegi ya ta o implement ho jani hai policy. So, asi jede luckily sare sadi almost four members jede sige jede school pichle band kite si asi ikko same vote si asi same tarike naal sochde ha. ਤੇ ਪਰ ਇਨ ਦਾ ਐਂਡ ਉਹਨਾਂ ਦੀ ਚੋਇਸ ਹੈਗੀ ਤੇ ਹੁਣ ਇਹ ਹੈਗਾ ਜੇ ਅਸੀਂ ਫਾਰ ਐਗਜ਼ਾਮਪਲ ਸਾਡੇ ਸਿਟੀ ਦੇ ਵਿੱਚ ਜੇ ਪੇਰੈਂਟਸ ਆ ਕੇ ਹੱਲਾ ਗੁੱਲਾ ਕਰਦੇ ਆ ਵੀ ਤੁਸੀਂ ਸਕੂਲ ਖੋਲੋ ਜਿਵੇਂ ਫਲੋਰੀਡਾ ਵਾਲੀ ਸਿਚੁਏਸ਼ਨ ਬਣਦੀ ਬਣ ਸਕਦੀ ਹੈ ਕਿਤੇ ਵੀ ਬਣ ਸਕਦੀ ਆ ਬਿਕਾਜ਼ ਦੋਸ ਪੀਪਲ ਦੇ ਆਰ ਵੈਰੀ ਵੋਕਲ ਦੇ ਆਰ ਵੈਰੀ ਵੋਕਲ ਦੇ ਨੋ ਦ ਪੋਲੀਟੀਕਲ ਪ੍ਰੋਸੈਸ ਐਂਡ ਸੋ ਹਾਊ ਟੂ ਸਕੇਅਰ ਦ ਬੋਰਡ ਮੈਂਬਰਸ ਹਾਊ ਟੂ ਥ੍ਰੈਟ ਦੈਮ ਈਵਨ ਜਦੋਂ ਅਸੀਂ ਅਪ੍ਰੈਲ ਚ ਪਿਛਲੀ ਦੇ ਵਿੱਚ ਅਸੀਂ ਡਿਸਾਈਡ ਕੀਤਾ ਸੀ ਅਸੀਂ ਹਜੇ ਨਹੀਂ ਖੋਲਣੇ ਸਕੂਲ ਅਸੀਂ ਵੀ ਵਿਲ ਸੀ This summer we did the test run drive. Summer school sada totally in person siga. Te sada luckily bahut theek reha experience se 200 case aaye sige par they were not very serious. So assi jadon band ki karan di decision liya siga sanu vi bahut threats miliyan sigiyan community members ton on the Facebook idhar udhar unne bahut kuch likhya sade bare vich which is we are political you know public figure they have the right to express their opinions but As an elected school board, I feel it's my responsibility to work in the best interest of the community and our students. So based on that data and information available to us, we make those decisions. So ਅਸੀਂ ਹੁਣ ਵੀ ਮਤਲਬ ਜੇ ਸਾਨੂੰ ਲੱਗਦਾ ਕੋਈ ਐਮਰਜੈਂਸੀ ਆਉਂਦੀ ਹੈ ਕੋਵਿਡ ਦੇ ਡੈਲਟਾ ਦੇ ਜ਼ਿਆਦਾ ਵੇਰੀਐਂਟ ਕੇਸ ਆਉਂਦੇ ਆ ਸਾਨੂੰ ਲੱਗਦਾ ਸੇਫਟੀ ਸਿਚੁਏਸ਼ਨ ਜੈਪਰਟਾਈਜ਼ ਹੋ ਰਹੀ ਹੈ ਵੀ ਕੈਨ ਕਲੋਜ਼ ਦ ਸਕੂਲਸ ਆਫ ਕੋਰਸ ਸਾਡੇ ਕੋਲੇ ਅਥਾਰਟੀ ਹੈਗੀ ਆ ਸਾਡੇ ਕੋਲ ਅਥਾਰਟੀ ਹੈਗੀ ਆ ਸੋ ਵੀ ਆਰ ਵਾਚ ਐਵਰੀ ਡੇ ਸਾਡੇ ਸੁਪਰਿੰਟੈਂਡੈਂਟ ਨੇ ਮੈਨੂੰ ਹਰ ਵੇਰੀ ਉਹ ਐਵਰੀ ਅਦਰ ਡੇ ਸਾਨੂੰ ਅਪਡੇਟ ਕਰਦਾ ਇਹ ਨੰਬਰ ਆਏ ਨੇ ਐਲਾਮੀਡਾ ਕਾਉਂਟੀ ਸਾਰੇ ਸੁਪਰਿੰਟੈਂਡ ਇਸ ਤਰ੍ਹਾਂ ਡਿਸਾਈਡ ਕਰ ਰਹੇ ਨੇ ਸੋ ਅਸੀਂ ਵਾਚ ਕਰਦੇ ਹਾਂ ਹਰ ਸਿਚੁਏਸ਼ਨ ਵਾਚ ਕਰ ਰਹੇ ਹਾਂ ਤੇ ਪੇਰੈਂਟਸ ਦੇ ਵਿੱਚ ਇੰਨਾ ਪੈਨਿਕ ਹੋਇਆ ਕੱਲ ਸਾਡਾ ਫ੍ਰੀਮੌਂਟ 18th ਨੂੰ ਖੁੱਲਣੇ ਆ ਸਾਡੇ ਨਾਲ ਨਾਲ ਦੇ ਇੱਕ ਹਫ਼ਤੇ ਦੇ ਵਿੱਚ ਸਕੂਲ ਖੁੱਲ ਰਹੇ ਨੇ ਸਾਡੇ ਕੱਲ ਖੁੱਲ ਗਏ ਨਿਊ ਹੇਵਨ ਦੇ ਵਿੱਚ ਸੋ ਦੇਰ ਵਾਸ ਸੋ ਮੱਚ ਕਮੋਸ਼ਨ ਕਿ ਕੁਝ ਪੇਰੈਂਟਸ ਜਿਹੜੇ ਉਹਨਾਂ ਨੇ ਪਹਿਲਾਂ ਡਿਸਟੈਂਸ ਲਰਨਿੰਗ ਵਾਸਤੇ ਸਾਈਨ ਅਪ ਕੀਤਾ ਸੀਗਾ ਨਾਓ ਲੁਕਿੰਗ ਐਟ ਦ ਨੰਬਰਸ ਕਿ ਹੋਰ ਕਿੰਨੇ ਪੇਰੈਂਟਸ ਆ ਰਹੇ ਨੇ ਬੱਚੇ ਆ ਰਹੇ ਨੇ ਸੋ ਦੇ ਵਾਂਟ ਟੂ ਕਮ ਇਨ ਪਰਸਨ ਐਂਡ ਦੇਰ ਆਰ ਸਮ ਇਨ ਪਰਸਨ ਦੇ ਵਾਂਟ ਟੂ ਗੋ ਬੈਕ ਟੂ ਦ ਡਿਸਟੈਂਸ ਬਿਕਾਜ਼ ਦ ਕੋਵਿਡ ਨੰਬਰਸ ਡੈਲਟਾ ਵੇਰੀਐਂਟ ਨੰਬਰਸ ਸੋ ਇਟਸ ਆਲ ਕਮੋਸ਼ਨ ਸੋ ਵੀ ਆਰ ਵਰਕਿੰਗ ਇਟਸ ਅ ਕੇਆਸ ਬਟ we will sort it out and monitor if we need to whatever we need to we will do it so oh karde hage ya je hun for example assi decision lenne ha vi assi ta band kite ha school te jehde vocal community member jehde believe karde ha vi eh hook hega assi in person sadne hage ha ta oh sanu threat kar sakde ha sanu recall kar sakde ha unna kol option hegi ha ki is board member nu agli election aundi 2022 de vich odon ja honi assi ede against assi campaign karange te inu defeat karange acha yes there yeah they can do it Hmm. Yeah. So ਅਸੀਂ ਮਤਲਬ ਪਰ ਵਿਦ ਮਾਈ ਕੌਨਸ਼ੀਅਸ ਸਾਨੂੰ ਜਿਹੜਾ ਬੈਸਟ ਹੋਊਗਾ ਬੱਚਿਆਂ ਦੀ ਕਮਿਊਨਿਟੀ ਦੀ ਸੇਫਟੀ ਵਾਸਤੇ ਅਸੀਂ ਉਹ ਡਿਸੀਜਨ ਲਵਾਂਗੇ ਬੇਸਡ ਔਨ ਦ ਇਨਫੋਰਮੇਸ਼ਨ ਪ੍ਰੋਵਾਈਡਡ ਟੂ ਅਸ ਨੰਬਰਸ ਪ੍ਰੋਵਾਈਡਡ ਟੂ ਅਸ ਸੋ ਬਟ ਵੀ ਹੈਵ ਟੂ ਲਿਸਨ ਐਬਸੋਲੂਟਲੀ Absolutely. Sarbjit ji, you know, I just have to janne ane main sirf ehi kehna chahundi ha. I hope, meri umeed hai ki school board administrators pure country de vich jis tarah tusi te tuhade baki board members New Haven Unified School District de vich operate kar rahe han, that same tarah da subhav, same tarah di policies oh vi vartan, follow the science, right? Political issue nahi hai ga, ए राइट्स का इशू नहीं है फ्रीडम का इशू नहीं है ये हेल्थ
ਦਾ ਪਬਲਿਕ ਸੇਫਟੀ ਦਾ ਇਸ਼ੂ ਹੈਗਾ, ਖਾਸ ਕਰਕੇ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ, ਉਹ ਵੀ ਯੰਗ ਬੱਚੇ ਜਿਨ੍ਹਾਂ ਨੂੰ ਵੈਕਸੀਨ ਲੱਗ ਵੀ ਨਹੀਂ ਸਕਦੀ, ਉਹਨਾਂ ਦੀ ਹੈਲਥ ਡੇਂਜਰ ਦੇ ਵਿੱਚ ਹੈਗੀ। ਐਂਡ ਆਈ ਹੋਪ ਜੋ ਵੀ ਸਾਨੂੰ ਸਾਰੇ ਸੁਣ ਰਹੇ ਆ, ਇੱਕ ਤਾਂ ਉਹ ਵੈਕਸੀਨ ਲਵਾਉਣ ਅਤੇ ਨਾਲ ਦੀ ਨਾਲ ਉਹ ਆਪਦੀ ਕਮਿਊਨਿਟੀ ਦੇ ਵਿੱਚ ਇਸ ਚੀਜ਼ ਪਿੱਛੇ ਆਪਣੀ ਐਫਰਟਸ, ਆਪਣੀ ਸਪੋਰਟ ਪਾਉਣ ਕਿ ਵੈਕਸੀਨਸ ਸੇਵ ਲਾਈਵਸ। ਸਰਬਜੀਤ ਚੀਮਾ ਜੀ, ਪ੍ਰੈਜ਼ੀਡੈਂਟ ਸਕੂਲ ਬੋਰਡ ਨਿਊ ਹੇਵਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਕੈਲੀਫੋਰਨੀਆ ਤੋਂ, ਥੈਂਕ ਯੂ ਸੋ ਮੱਚ ਫੋਰ ਯੋਰ ਟਾਈਮ ਸਰਬਜੀਤ ਜੀ ਐਂਡ ਆਲ ਦ ਵਰਕ ਦੈਟ ਯੂਅਰ ਡੂਇੰਗ। ਬਹੁਤ ਵਧੀਆ ਲੱਗਿਆ ਇਹ ਜਾਣਕਾਰੀ ਸੁਣ ਕੇ। ਹੈਵ ਅ ਗੁੱਡ ਰੈਸਟ ਆਫ ਯੋਰ ਈਵਨਿੰਗ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕ ਯੂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਕੁਛ ਹੋਰ ਚੀਜ਼ਾਂ ਮੈਂ ਤੁਹਾਨੂੰ ਇਸ ਸਟੋਰੀ ਬਾਰੇ ਦੱਸਣਾ ਚਾਹੁੰਦੀ ਹਾਂ ਅਤੇ ਤੁਸੀਂ ਕੀ ਕਰ ਸਕਦੇ ਹੋ, ਖਾਸ ਕਰਕੇ ਅਗਰ ਤੁਹਾਨੂੰ ਆਪਦੇ ਬੱਚਿਆਂ ਬਾਰੇ ਕੋਈ ਵੀ ਚਿੰਤਾ ਹੈਗੀ। ਇਸ ਮੁੱਦੇ ਨੂੰ ਲੈ ਕੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਜਿਸ ਤਰ੍ਹਾਂ ਤੁਸੀਂ ਸੁਣਿਆ, ਸਕੂਲਸ ਦੀ ਸਿਚੁਏਸ਼ਨ ਕਾਫੀ ਗੰਭੀਰ ਹੋ ਚੁੱਕੀ ਹੈ ਇਸ ਵੇਲੇ, ਖਾਸ ਕਰਕੇ ਉਨ ਸਟੇਟਾਂ ਦੇ ਵਿੱਚ ਜਿੱਥੇ ਰਿਪਬਲਿਕਨ ਲੈਡ ਲੈਜਿਸਲੇਟਰਸ, ਪੋਲੀਟੀਸ਼ੀਅਨਸ, ਗਵਰਨਰਸ ਮਾਸਕ ਅਤੇ ਵੈਕਸੀਨਸ ਦੇ ਖਿਲਾਫ ਲੈਜਿਸਲੇਸ਼ਨ ਪਾਸ ਕਰ ਰਹੇ ਹਨ, ਦੂਜੇ ਪਾਸੇ ਸਕੂਲ ਬੋਰਡਸ ਦੇ ਜੋ ਐਡਮਿਨਿਸਟ੍ਰੇਟਿਵ ਟੀਚਰਸ, ਹੈੱਡਸ ਆਫ ਦ ਸਕੂਲ ਡਿਸਟ੍ਰਿਕਟਸ, ਉਹਨਾਂ ਲਈ ਬਹੁਤ ਹੀ ਵੱਡੀ ਇਹ ਇੱਕ ਪ੍ਰੋਬਲਮ ਖੜੀ ਹੋ ਗਈ ਹੈ ਕਿ ਉਹ ਬੱਚਿਆਂ ਨੂੰ ਸੇਫ ਰੱਖਣ ਜਾਂ ਆਪਣੇ ਲੋਕਲ ਗਵਰਨਮੈਂਟ ਦੇ ਨਾਲ ਕੰਪਲਾਈ ਕਰਨ। ਵਾਂਸ ਅਗੈਨ, ਯੂ ਨੋ, ਜਿਸ ਤਰ੍ਹਾਂ ਸਾਡੇ ਗੈਸਟ ਸਰਬਜੀਤ ਚੀਮਾ ਜੀ ਨੇ ਕਿਹਾ, ਇੱਥੇ ਸਕੂਲ ਬੋਰਡ ਦੇ ਵਿੱਚ ਕਿਸੇ ਵੀ ਐਡਮਿਨਿਸਟ੍ਰੇਟਰ ਟੀਚਰ ਦਾ ਇੱਕ ਹੀ ਰੋਲ ਹੁੰਦਾ ਕਿ ਬੱਚਿਆਂ ਨੂੰ, ਕਮਿਊਨਿਟੀ ਨੂੰ ਸੇਫ ਰੱਖਿਆ ਜਾਏ। ਅਤੇ ਜਦੋਂ ਸੇਫਟੀ ਦੀ ਗੱਲ ਆਉਂਦੀ ਹੈ, ਇਹਦੇ ਵਿੱਚ ਤੁਹਾਡੇ ਪਰਸਨਲ ਰਾਈਟਸ ਕਿੱਥੋਂ ਆ ਗਏ? ਅਗਰ ਅਸੀਂ ਪਬਲਿਕ ਸੇਫਟੀ ਅਤੇ ਹੈਲਥ ਦੀ ਗੱਲ ਕਰ ਰਹੇ ਹਾਂ, ਉੱਥੇ ਸਾਇੰਸ ਮੈਟਰ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਦੀ ਪੋਲੀਟੀਕਲ ਪਾਰਟੀ ਅਤੇ ਅਫੀਲੀਏਸ਼ਨ। ਬਟ ਅਨਫੋਰਚੁਨੇਟਲੀ ਕੁਛ ਸਟੇਟਾਂ ਦੇ ਵਿੱਚ ਸਾਨੂੰ ਇਹ ਪੋਲੀਟਿਕਸ ਬੱਚਿਆਂ ਦੀ ਹੈਲਥ ਤੋਂ ਉੱਠ ਕੇ ਵੇਖਣ ਨੂੰ ਮਿਲ ਰਿਹਾ, ਸੱਚ ਐਜ਼ ਫਲੋਰੀਡਾ। ਸੋ ਇੱਥੇ ਮੈਂ ਸਿਰਫ ਤੁਹਾਡੇ ਨਾਲ ਕਲੋਜ਼ਿੰਗ ਦੇ ਵਿੱਚ ਇਹੀ ਦੋ ਤਿੰਨ ਮੈਸੇਜਸ ਸ਼ੇਅਰ ਕਰਨਾ ਚਾਹੁੰਦੀ ਹਾਂ। ਭਾਵੇਂ ਤੁਸੀਂ ਜਿੱਥੇ ਵੀ ਰਹਿੰਦੇ ਹੋ, ਅਮੈਰੀਕਾ ਦੇ ਵਿੱਚ, ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਹੋ, ਪਲੀਜ਼ ਗੈਟ ਵੈਕਸੀਨੇਟਿਡ। ਸਭ ਤੋਂ ਜ਼ਿਆਦਾ ਜੋ ਲੀਡਰ ਇਸ ਵੇਲੇ ਐਂਟੀ ਵੈਕਸੀਨੇਸ਼ਨ, ਐਂਟੀ ਮਾਸਕ ਮੂਵਮੈਂਟ ਦਾ ਹੈਗਾ, ਉਹ ਗਲਤ ਜਾਣਕਾਰੀ, ਉਹ ਮਿਸਇਨਫੋਰਮੇਸ਼ਨ ਹੈ। ਲੋਕ ਗਲਤ ਜਾਣਕਾਰੀ ਦੇ ਸਿਰ 'ਤੇ ਗਲਤ ਡਿਸੀਜਨਸ ਲੈ ਰਹੇ ਹਨ। ਸੋ ਇੱਥੇ ਮੇਰੀ ਇੱਕ ਵਾਰੀ ਫਿਰ ਤੁਹਾਡੇ ਨਾਲ ਅਪੀਲ ਹੈ ਕਿ ਜੋ ਸਾਇੰਸ, ਜੋ ਰਿਸਰਚ, ਜੋ ਮੈਡੀਕਲ ਪ੍ਰੋਫੈਸ਼ਨਲਸ ਅਤੇ ਐਕਸਪਰਟਸ ਸਾਨੂੰ ਦੱਸਦੇ ਆ ਕਿ ਇਹ ਵੈਕਸੀਨਸ ਦੇ ਨਾਲ ਆਲਮੋਸਟ 90% ਤੁਸੀਂ ਬਚੇ ਰਹੋਗੇ ਕੋਵਿਡ ਤੋਂ। ਈਵਨ ਦ ਡੈਲਟਾ ਵੇਰੀਐਂਟ, ਜਿਨ੍ਹਾਂ ਨੂੰ ਨਹੀਂ ਵੈਕਸੀਨ ਲੱਗੀ, ਉਹ ਅੱਜ ਦੀ ਡੇਟ ਵਿੱਚ ਸਭ ਤੋਂ ਜ਼ਿਆਦਾ ਖਤਰੇ 'ਚ ਹਨ। ਅਨਫੋਰਚੁਨੇਟਲੀ ਉਹਦੇ ਵਿੱਚ ਸਾਡੇ ਬੱਚੇ ਵੀ ਇੰਕਲੂਡ ਹੁੰਦੇ ਆ, ਖਾਸ ਕਰਕੇ ਜੋ 12 ਸਾਲ ਤੋਂ ਛੋਟੀ ਉਮਰ ਦੇ ਹੈਗੇ, ਬਿਕੋਜ਼ ਉਹਨਾਂ ਲਈ ਤਾਂ ਵੈਕਸੀਨ ਹੀ ਨਹੀਂ ਹੈਗੀ। ਸੋ ਅਗਰ ਤੁਸੀਂ ਆਪਦੇ ਬੱਚਿਆਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ, ਆਪਦੀ ਕਮਿਊਨਿਟੀ ਨੂੰ, ਆਪਦੇ ਬਜ਼ੁਰਗਾਂ ਨੂੰ, ਸਭ ਤੋਂ ਪਹਿਲੇ ਵੈਕਸੀਨ ਲਵਾਓ। ਅਗਰ ਤੁਸੀਂ ਇੱਕ ਹਾਈ ਟ੍ਰਾਂਸਮਿਸ਼ਨ ਏਰੀਆ ਦੇ ਵਿੱਚ ਰਹਿੰਦੇ ਹੋ, ਇਹ ਨਾ ਸੋਚੋ ਕਿ ਮਾਸਕ ਅਨਕੰਫਰਟੇਬਲ ਹੈ, ਜੀ ਨਹੀਂ ਕਰਦਾ, ਸਾਹ ਨਹੀਂ ਆਉਂਦਾ। ਡਾਕਟਰ ਵੀ ਤਾਂ ਸਾਰਾ ਦਿਨ ਮਾਸਕ ਪਾ ਕੇ ਕੰਮ ਕਰਦੇ, ਉਹਨਾਂ ਤੋਂ ਚੰਗੀ ਤਰ੍ਹਾਂ ਸਾਹ ਆਉਂਦਾ ਹੈ। ਥੋੜ੍ਹੀ ਦੇਰ ਲਈ ਮਾਸਕ ਪਾਓ ਤਾਂ ਕਿ ਇਸ ਚੀਜ਼ ਨੂੰ ਅਸੀਂ ਸਾਰੇ ਰਲ ਕੇ ਖਤਮ ਕਰੀਏ। ਬਟ ਅਗਰ ਕੋਈ ਹੋਰ ਵੀ ਚੀਜ਼ ਤੁਹਾਨੂੰ ਨਹੀਂ ਮੈਟਰ ਕਰਦੀ, ਬੱਚਿਆਂ ਬਾਰੇ ਸੋਚੋ, ਉਹਨ ਬੱਚਿਆਂ ਬਾਰੇ ਜਿਨ੍ਹਾਂ ਦੀ ਅੱਜ ਦੀ ਡੇਟ ਦੇ ਵਿੱਚ ਹੈਲਥ ਖਤਰੇ 'ਚ ਹੈਗੀ, ਖਾਸ ਕਰਕੇ ਉਹ ਬੱਚੇ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ, ਕੋਈ ਹੋਰ ਇੱਦਾਂ ਦੀ ਇਲਨੈਸ ਹੈਗੀ ਜਿਹਦੇ ਕਰਕੇ ਉਹਨਾਂ ਦਾ ਸਿਸਟਮ ਵੀਕ ਹੈ, ਉਹਨਾਂ ਲਈ ਕੋਵਿਡ ਬਿਲਕੁਲ ਡੈਡਲੀ ਹੋ ਸਕਦੀ ਹੈ। ਸੋ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਐਂਡ ਲਾਸਟ ਬਟ ਨਾਟ ਲੀਸਟ, ਇਨ ਸਾਰੀ ਚੀਜ਼ਾਂ ਦੇ ਵਿੱਚ ਅਗਰ ਤੁਸੀਂ ਹੋਰ ਵੀ ਇੰਪੈਕਟ ਪਾਉਣਾ ਚਾਹੁੰਦੇ ਹੋ, ਆਪਦੇ ਲੋਕਲ ਇਲੈਕਟਿਡ ਅਫੀਸ਼ਲਸ ਨੂੰ ਕੰਟੈਕਟ ਕਰੋ, ਉਹਨਾਂ ਨੂੰ ਦੱਸੋ ਕਿ ਸਾਡੇ ਲਈ, ਸਾਡੀ ਕਮਿਊਨਿਟੀ, ਸਾਡੇ ਪਰਿਵਾਰ, ਸਾਡੇ ਬੱਚਿਆਂ ਦੀ ਹੈਲਥ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ। ਸਾਨੂੰ ਤੁਹਾਡੀ ਪੋਲੀਟੀਕਲ ਅਫੀਲੀਏਸ਼ਨ ਜਾਂ ਪੋਲੀਟੀਕਲ ਪੁਆਇੰਟਸ ਜੋ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਦੇ ਨਾਲ ਕੁਛ ਨਹੀਂ ਲੈਣਾ। ਤੁਸੀਂ ਸਾਨੂੰ ਸੇਫ ਰੱਖੋ, ਇਹ ਮੈਜਰਸ ਨੂੰ ਇੰਪਲੀਮੈਂਟ ਕਰੋ, ਇਹ ਤੁਸੀਂ ਜ਼ਰੂਰ ਕਰ ਸਕਦੇ ਹੋ। ਸਾਡੇ ਲਈ ਜਾਂ ਸਾਡੇ ਗੈਸਟ ਲਈ ਇਸ ਮੁੱਦੇ ਨੂੰ ਲੈ ਕੇ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ, ਜ਼ਰੂਰ ਸਾਨੂੰ ਲਿਖ ਸਕਦੇ ਹੋ ਇਨਫੋ ਜਸਟ ਬ੍ਰੋਡਕਾਸਟਿੰਗ .com। ਆਸ਼ਮਿਤਾ ਜਸਟ ਬ੍ਰੋਡਕਾਸਟਿੰਗ .com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।